ਸਤਿ ਸ਼੍ਰੀ ਅਕਾਲ ਜਗਬਾਣੀ ਟੀ ਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ। ਚੀਮਾ ਸਾਹਿਬ ਦੇ ਨਾਲ ਜਿੱਥੇ ਅਸੀਂ ਆਮ ਆਦਮੀ ਪਾਰਟੀ ਦੀ ਅਗਲੀ ਸਿਆਸਤ ਦੇ ਬਾਰੇ ਔਰ ਮੌਜੂਦਾ ਹਾਲਾਤ ਦੇ ਬਾਰੇ ਗੱਲਬਾਤ ਕਰਾਂਗੇ, ਉੱਥੇ ਇਹ ਵੀ ਜਾਣਾਂਗੇ ਕਿ 2019 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਆ। ਚੀਮਾ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸਰੋਤਿਆਂ ਦਾ। ਚੀਮਾ ਸਾਹਿਬ, ਵਿਰੋਧੀ ਧਿਰ ਤੁਸੀਂ ਹੋ, ਵਿਰੋਧੀ ਧਿਰ ਦੇ ਨੇਤਾ ਤੁਸੀਂ ਹੋ, ਪਰ ਵਿਰੋਧੀ ਧਿਰ ਦੇ ਤਰ੍ਹਾਂ ਐਕਟਿਵ ਅਕਾਲੀ ਦਲ ਨਜ਼ਰ ਆ ਰਿਹਾ। ਦੇਖੋ, ਅਕਾਲੀ ਦਲ ਜਿਹੜੇ ਧਰਨੇ ਦੇ ਰਿਹਾ, ਜਿਹੜਾ ਅੱਜ ਵੀ ਧਰਨਾ ਦਿੱਤਾ ਗਾ, ਉਹ ਮੈਨੂੰ ਇੱਦਾਂ ਲੱਗਦਾ ਵੀ ਉਹ ਲੋਕਾਂ ਨੇ ਫਰਾਡ ਕਰ ਰਿਹਾ ਬਹੁਤ ਵੱਡਾ। ਅੱਜ ਜਿਹੜਾ ਧਰਨਾ ਦੇ ਰਿਹਾ ਸੀ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਧਰਨਾ ਕਿਸ ਮਕਸਦ ਲਈ ਦੇ ਰਿਹਾ ਸੀ? ਦਲਿਤ ਸਟੂਡੈਂਟਾਂ ਦੇ ਸਕਾਲਰਸ਼ਿਪ 'ਤੇ। ਸਕਾਲਰਸ਼ਿਪ ਤਾਂ ਆਲਰੇਡੀ ਅਕਾਲੀ ਦਲ ਨੇ ਨਹੀਂ ਦਿੱਤੀ ਹੈਗੀ। ਅਕਾਲੀ ਦਲ ਸਕਾਲਰਸ਼ਿਪ ਦੇ ਘੱਟੋ ਘੱਟ 800 ਕਰੋੜ ਰੁਪਏ ਦਾ ਫਰਾਡ ਕੀਤਾ ਅਕਾਲੀ ਦਲ ਨੇ। ਪਰ ਜੇਕਰ ਤੁਹਾਡੀ ਪਾਰਟੀ ਦੇ ਫੈਸਲੇ ਦੀ ਨਜ਼ਰ ਮਾਰੀਏ, ਖਹਿਰਾ ਸਾਹਿਬ ਨੂੰ ਪਾਸੇ ਕਰਕੇ ਤੁਹਾਨੂੰ LOP ਦਾ ਜਿਹੜਾ LOP ਬਣਾਇਆ ਸੀ, ਉਹ ਇਸ ਕਰਕੇ ਬਣਾਇਆ ਸੀ ਕਿ ਦਲਿਤ ਸ਼੍ਰੇਣੀਆਂ ਨੂੰ ਉਹ ਤਵੱਜੋ ਦੇਣੀ ਚਾਹੁੰਦੇ ਸੀ, ਪਰ ਤੁਸੀਂ ਆਪਣੇ ਭਾਈਚਾਰੇ ਦੇ ਲਈ ਕੀ ਕਦਮ ਚੁੱਕੇ ਨੇ ਬਤੌਰ LOP? ਦੇਖੋ, ਇਸ ਤੋਂ ਪਹਿਲਾਂ ਅਸੀਂ ਦਲਿਤ ਭਰਾਵਾਂ ਦੇ ਲਈ, ਖਾਸ ਤੌਰ 'ਤੇ ਸਟੂਡੈਂਟ ਲਈ, ਮੈਂ ਮਿਲਿਆਂਗਾ ਬਹੁਤ ਸਾਰੇ ਅਧਿਕਾਰੀਆਂ ਨੂੰ, ਔਰ ਕੋਸ਼ਿਸ਼ ਵੀ ਹੋਈ ਆ ਮੇਰੀ ਵੀ ਕਾਫੀ ਪੈਸੇ ਜਾਰੀ ਵੀ ਹੋਏ ਨੇਗੇ, ਔਰ ਲਗਾਤਾਰ ਸਾਡੀ ਕੋਸ਼ਿਸ਼ ਆ। ਜੇਕਰ ਸਰਕਾਰ ਅੱਗੇ ਨਹੀਂ ਕਰੂਗੀ, ਅਸੀਂ ਬਹੁਤ ਵੱਡਾ ਧਰਨਾ ਪਲਾਨ ਕਰਨ ਜਾਂਦੀ। ਸਰਕਾਰ ਤਾਂ ਜਾਰੀ ਕਰ ਨਹੀਂ ਰਹੀ ਆ ਜੀ, 3 ਸਾਲ ਤੋਂ ਰੁਕਿਆ ਹੋਇਆ, ਇਨਕੁਆਇਰੀ ਵੀ ਲੱਗੀ ਹੋਈ ਹੈ, ਖਾਸ ਤੌਰ 'ਤੇ ਸਟੂਡੈਂਟ ਵੀ ਅੱਜ ਉੱਥੇ ਬਹੁਤ ਸਾਰੇ। ਸਰਕਾਰ ਕਿਤੇ ਨਾ ਸਰਕਾਰ ਜਿਹੜੀ ਹੈਗੀ ਆ, ਅਸੀਂ ਇਨਕੁਆਇਰੀ ਕਰਾ ਰਹੇ ਹਾਂ, ਉਹਦਾ ਬਹਾਨਾ ਲੈ ਕੇ ਸਰਕਾਰ ਜਿਹੜਾ SC ਸਟੂਡੈਂਟ ਦਾ ਵਜ਼ੀਫਾ ਹੈਗਾ ਉਹਨੂੰ ਰੋਕ ਰਹੀ ਆ। ਤੁਹਾਨੂੰ ਲੱਗਦਾ ਕਿ ਇਹ ਕਿਉਂ ਹੋ ਰਿਹਾ? ਡੈਲੀਬਰੇਟਲੀ ਹੋ ਰਿਹਾ ਇਹ ਕਿ ਕੋਈ ਸੱਚਮੁੱਚ ਵਿਗੜ? ਇਹ ਬਹੁਤ ਬੜੀ ਮਤਲਬ ਸਾਜ਼ਿਸ਼ ਆ, ਖਾਸ ਤੌਰ 'ਤੇ ਦਲਿਤ ਭਰਾਵਾਂ ਦੇ ਖਿਲਾਫ, ਕਿਉਂਕਿ ਅਕਾਲੀ ਦਲ, BJP ਉਹਨਾਂ ਨੇ ਪੈਸੇ ਰੋਕ ਕੇ ਰੱਖੇ, ਹੁਣ ਉਹੀ ਕੰਮ ਕਾਂਗਰਸ ਪਾਰਟੀ ਕਰ ਰਹੀ ਹੈ। ਇਸ ਵਾਰ ਘੱਟੋ ਘੱਟ 70% ਜਿਹੜੇ ਸਟੂਡੈਂਟ ਨੇ ਉਹਨਾਂ ਨੇ ਐਡਮਿਸ਼ਨ ਨਹੀਂ ਲਈ। ਮੈਂ ਐਕਟੀਵਿਟੀ ਦੀ ਗੱਲ ਕੀਤੀ, ਅਕਾਲੀ ਦਲ ਨੇ ਪਿਛਲੇ ਸਮੇਂ ਦੇ ਦੌਰਾਨ ਸਿੱਖ ਨਸਲਕੁਸ਼ੀ ਨੂੰ ਲੈ ਕੇ ਧਰਨਾ ਦਿੱਤਾ, ਫਿਰ ਇੱਥੇ ਧਰਨਾ, ਪਹਿਲਾਂ ਹਰੀਕੇ ਪੱਤਨ ਆਪਣੇ ਵਰਕਰਾਂ ਨੂੰ ਲੈ ਕੇ ਧਰਨਾ ਦਿੱਤਾ, ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਮੂਹਰੇ ਵੀ ਧਰਨਾ ਦਿੱਤਾ, ਰੈਲੀਆਂ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਬਾਰੇ ਕਿਤੇ ਨਾ ਕਿਤੇ ਇਹ ਮੈਸੇਜ ਆ ਰਿਹਾ ਵੀ ਤੁਸੀਂ ਘਰ 'ਚ ਵੜੇ ਬੈਠੇ ਹੋ ਅਤੇ ਜਿਹੜੀ ਤੀਜੀ ਧਿਰ ਹੈਗੀ ਆ ਉਹ ਮੁੱਖ ਧਿਰ ਦੇ ਤੌਰ 'ਤੇ ਉੱਭਰ ਰਹੀ ਆ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਾਡੇ ਵੱਲੋਂ ਰੈਲੀਆਂ ਕੀਤੀਆਂ ਗਈਆਂ, ਮਾਈਸਰ ਖਾਨੇ ਰੈਲੀ ਕੀਤੀ ਗਈ, ਸਾਡੇ ਵੱਲੋਂ ਮਰਿੱਡੇ ਰੈਲੀ ਕੀਤੀ ਗਈ, ਬਹੁਤ ਸਾਰੀਆਂ ਰੈਲੀਆਂ ਹੋਈਆਂ ਨੇ, ਮਾਨ ਸਾਹਿਬ ਕਰ ਰਹੇ ਨੇਗੇ, ਅਸੀਂ ਖੁਦ ਜਾ ਰਹੇ ਹਾਂਗੇ ਔਰ ਧਰਨੇ ਵੀ ਲਗਾ ਰਹੇ ਹਾਂ ਲਗਾਤਾਰ। ਕਿੰਨੀ ਵਾਰ ਅਸੀਂ CM ਸਾਹਿਬ ਦੇ ਗੇਟ ਅੱਗੇ ਧਰਨਾ ਲਾ ਚੁੱਕੇ ਹਾਂ, ਗਵਰਨਰ ਸਾਹਿਬ ਨੂੰ ਮਿਲ ਚੁੱਕੇ ਹਾਂ, ਸਾਰੇ ਅਸੀਂ ਲਗਾਤਾਰ ਜਾ ਰਹੇ ਹਾਂ। ਤੁਸੀਂ ਇੱਕ ਧਰਨਾ ਜਿਹੜਾ ਪਿੱਛੇ ਜਿਹੇ ਲਗਾਇਆ ਸੀ ਜਦੋਂ ਬਰਗਾੜੀ ਵਾਲਾ ਮਸਲਾ ਹੋਇਆ, ਤਾਂ ਬਰਗਾੜੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਾਂ ਉੱਥੋਂ ਦੇ ਜਿਹੜੇ ਸਿੱਖ ਆਗੂ ਹੈਗੇ ਨੇ ਉਹਨਾਂ ਨੇ ਧਰਨਾ ਉੱਥੇ ਲਗਾਇਆ, ਅਕਾਲੀ ਪਟਿਆਲੇ ਜਾ ਕੇ ਬੈਠੇ, ਤੁਸੀਂ CM ਸਾਹਿਬ ਦੇ ਘਰ ਅੱਗੇ ਜਾ ਕੇ ਕਿਉਂ ਬੈਠੇ ਹੋ? ਫੈਸਲਾ ਕਿਸ ਦਾ ਸੀ? ਔਰ ਉੱਥੇ ਤੁਹਾਡੀ ਟੁਕੜੀ ਨਜ਼ਰ ਆਈ ਆ, ਬਹੁਤਾ ਵੱਡਾ ਇਕੱਠ ਨਹੀਂ ਸੀ। ਦੇਖੋ, ਉਹ ਸੰਕੇਤਕ ਧਰਨਾ ਸੀਗਾ, ਉਹਦਾ ਕਾਰਨ ਬੜਾ ਸਪਸ਼ਟ ਆ, ਕਿਉਂਕਿ ਜਿਹੜਾ ਫੈਸਲਾ, ਜਿਹੜਾ ਬਰਗਾੜੀ ਉੱਪਰ ਫੈਸਲਾ ਲੈਣਾ ਗਾ, ਉਹ ਤਾਂ CM ਸਾਹਿਬ ਨੇ ਲੈਣਾ ਗਾ, ਰੈਲੀਆਂ ਨਹੀਂ ਲੈਣਾ ਹੈਗਾ। ਰੈਲੀ ਬਠਿੰਡੇ ਕਰ ਲਓ, ਰੈਲੀ ਲੰਬੀ ਕਰ ਲਓ, ਰੈਲੀ ਪਟਿਆਲੇ ਕਰ ਲਓ, ਰੈਲੀਆਂ 'ਚ ਫੈਸਲਾ ਨਹੀਂ ਨਿਕਲਣਾ ਗਾ, ਫੈਸਲਾ ਤਾਂ ਕੈਬਨਿਟ ਨੇ ਕਰਨਾ ਗਾ, ਫੈਸਲਾ ਸੈਕਟਰੀਏਟ 'ਚ ਹੋਣਾ ਗਾ। ਸੋ ਕੈਪਟਨ ਸਾਹਿਬ ਨੂੰ ਅਸੀਂ ਮਜ਼ਬੂਰ ਕਰਨ ਲਈ ਉੱਥੇ ਗਏ ਸੀਗੇ। ਆਮ ਤੌਰ 'ਤੇ ਵਿਰੋਧੀ ਧਿਰ ਸਰਕਾਰ ਨੂੰ ਵਾਅਦੇ ਯਾਦ ਕਰਵਾਉਂਦੀ ਆ, ਤੁਹਾਡਾ ਕੋਈ ਪਲਾਨ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਕੋਈ ਵੱਡਾ ਧਰਨਾ ਪਲਾਨ ਕਰੋ? ਕਿਉਂਕਿ ਆਮ ਤੌਰ 'ਤੇ ਵੈਸੇ ਧਰਨਿਆਂ ਦੇ ਨਾਲ ਵੀ ਬਹੁਤਾ ਕੁਛ ਹੋਣ ਵਾਲਾ ਨਹੀਂ ਹੈ, ਇੱਕ ਚੀਜ਼ ਕਿ ਵਿਧਾਨ ਸਭਾ ਦੇ ਅੰਦਰ ਜਿਸ ਤਰੀਕੇ ਨਾਲ ਮਸਲੇ ਚੰਗੀ ਤਰ੍ਹਾਂ ਉਠਾਏ ਜਾਣ ਉਹਨਾਂ ਦਾ ਪ੍ਰਭਾਵ ਜ਼ਿਆਦਾ ਪੈਂਦਾ, ਪਰ ਤੁਹਾਡੀ ਪਾਰਟੀ ਖੇਰੂ ਮੇਰੂ ਹੋਈ ਹੈ, ਮਹਿਸੂਸ ਕਰਦੇ ਹੋ ਕਿ ਤੁਹਾਡੀ ਫੁੱਟ ਪੈਣ ਦੇ ਕਰਕੇ ਵੀ ਯੂਨਿਟੀ, ਕਿਉਂਕਿ 5 ਉਂਗਲਾਂ ਦੇ ਨਾਲ ਮੁੱਠੀ ਬਣਦੀ ਆ, ਉਹ ਮੁੱਠੀ ਕਿਤੇ ਨਾ ਕਿਤੇ ਖਿੰਡੀ ਹੈ, ਇਸ ਕਰਕੇ ਜ਼ਬਰਦਸਤ ਤਰੀਕੇ ਦੇ ਨਾਲ ਪ੍ਰਭਾਵ ਨਹੀਂ ਪੈ ਰਿਹਾ ਸਰਕਾਰ 'ਤੇ? ਦੇਖੋ, ਲਾਸਟ ਜਿਹੜੀ ਅਸੈਂਬਲੀ ਸੀ, ਲਾਸਟ ਆਪਣਾ ਸੈਸ਼ਨ ਹੋਇਆ, ਉਸ ਸੈਸ਼ਨ ਦੇ ਵਿੱਚ ਮੈਂ ਇੱਕ ਡਿਫਰੈਂਟ ਗੱਲ ਕੀਤੀ ਸੀ। ਮੈਂ ਕਿਹਾ ਸੀ ਕਿ ਕੈਪਟਨ ਸਾਹਿਬ, ਤੁਸੀਂ ਬਾਦਲਾਂ ਨੂੰ ਬਚਾਓਗੇ, ਤੁਸੀਂ ਪਹਿਲਾਂ ਵੀ ਬਚਾਇਆ ਬਾਦਲਾਂ ਨੂੰ, ਤੁਸੀਂ ਹੁਣ ਵੀ ਬਚਾਓਗੇ, ਕਿਉਂਕਿ ਬਾਦਲ ਸਾਹਿਬ ਨੇ ਤੁਹਾਨੂੰ ਬਚਾਇਆਗਾ। ਇਹ ਦੋਨੇ ਪਾਰਟੀਆਂ, ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ, ਦੋਨੇ ਪਾਰਟੀਆਂ ਇੱਕ ਦੂਜੇ ਨੂੰ ਬਚਾਉਂਦੀਆਂ ਨੇ, ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਨੇ, ਇਹਨੂੰ ਫੜ ਲਿਆ, ਇਹਨੂੰ ਫੜ ਲਿਆ, ਉਸ ਤੋਂ ਬਾਅਦ ਜਦੋਂ ਕੋਰਟ ਚਲਾ ਜਾਂਦਾ ਕੇਸ, ਉੱਥੇ ਗਵਾਹ ਮੁੱਕਰ ਜਾਂਦੇ ਨੇ। ਸੋ ਹਾਲੇ ਤੱਕ ਪੰਜਾਬ ਦੇ ਲੋਕਾਂ ਨੂੰ, ਚਾਹੇ ਕਰਪਸ਼ਨ ਦਾ ਮਾਮਲਾ ਗਾ, ਚਾਹੇ ਬਰਗਾੜੀ ਦੇ ਉੱਤੇ, ਆ ਕਿਸੇ ਜਗ੍ਹਾ 'ਤੇ ਕੋਈ ਇਨਸਾਫ ਨਾ ਕਾਂਗਰਸ ਵੱਲੋਂ ਮਿਲਿਆ, ਨਾ ਕੋਈ ਅਕਾਲੀ ਦਲ ਵੱਲੋਂ ਮਿਲਿਆ। ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀ ਇਹ ਫੁੱਟ ਪਈ ਹੈ, ਜਿਹੜੇ ਤੁਹਾਡੇ ਲੀਡਰ ਅਲੱਗ ਹੋਏ ਨੇ ਜਾਂ ਤੁਸੀਂ ਲੀਡਰਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾਇਆ, ਇਹਦੇ ਨਾਲ ਪਾਰਟੀ ਕਮਜ਼ੋਰ ਹੋਈ ਆ? ਦੇਖੋ, ਪਾਰਟੀ ਨਾਲ ਬਿਲਕੁਲ ਕਮਜ਼ੋਰ ਨਹੀਂ ਹੋਈ, ਰਾਦਰ ਕੇ ਸਟਰੋਂਗ ਹੋਈ ਆ। ਉਹਦਾ ਕਾਰਨ ਕੀ ਆ ਵੀ ਕਿਤੇ ਨਾ ਕਿਤੇ ਜਿਹੜੇ ਖਹਿਰਾ ਸਾਹਿਬ ਸੀ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀ ਕਰ ਰਹੇ ਸੀਗੇ ਔਰ ਲਗਾਤਾਰ ਲੋਕਾਂ 'ਚ ਪਾਰਟੀ ਦੇ ਖਿਲਾਫ਼ ਮੈਸੇਜ ਜਾ ਰਿਹਾ ਸੀਗਾ। ਅੱਜ ਅਸੀਂ ਇਕਜੁੱਟਾਂ ਸਾਰੇ, ਅਸੀਂ ਲਗਾਤਾਰ ਮਿਹਨਤ ਕਰ ਰਹੇ ਹਾਂ ਔਰ 2019 ਦੇ ਵਿੱਚ ਬਹੁਤ ਅੱਛਾ ਰਿਜ਼ਲਟ ਦੇਵਾਂਗੇ। ਖਹਿਰਾ ਸਾਹਿਬ ਨੂੰ ਫਿਰ ਐਨ ਆਰ ਆਈਆਂ ਦੀ ਇੰਨੀ ਸਪੋਰਟ ਕਾਸਟ ਤੋਂ ਹੈ, ਐਨ ਆਰ ਆਈਆਂ ਨੇ ਚਿੱਠੀ ਵੀ ਲਿਖੀ ਅਰਵਿੰਦ ਜੀ ਨੂੰ
देखो एन आर आई की गल आई बड़ी अच्छी गल की तुमने तो उस चिट्ठी के जोड़े जिन्हें ना लिखे हुए ने उन्होंने व्यक्तियों ने फेसबुक से लाइव होकर कहा गा भी साढ़े ना नहीं है असं अरविंद केजरीवाल के नाल आ गए सो चिट्ठी कितने ना कि मैनुपलेट की गई सी जिहड़ा हुण हुण हालात हैगे ने मौजूदा दौर की असं गल करिए आम आदमी पार्टी मैं एक बार फिर तो सवाल दोहराऊंगा चीमा साहब तुसीं मनदे हो कि कितना कितने पार्टी कमज़ोर हुई है क्योंकि लोगों के अंदर आम चर्चा हुण इस गल दी है मैं आम जिहड़ी खुंड चर्चा हुंदी है लोग कहिंदे यार आम आदमी पार्टी तां फेल हो गई है आम आदमी पार्टी का कोई वजूद नहीं है तुसीं पार्टी के अंदर बैठे हो लीडर ऑफ ऑपोजिशन हैगे हो तुहाडे ते एक बहुत वड्डी जिम्मेवारी भी है तुसीं निजी तौर पर महसूस करदे हो कि अगे 2019 का मोर्चा भी आउंदा पिया है का 22 का इलैक्शन भी आना है तुहानूं चुनौती भरपूर लगता आम आदमी पार्टी फेल नहीं हुई हैगी फेल तो कांग्रेस पार्टी हुई है सत्ता में कौन आ कैप्टन साहब ने आम आदमी पार्टी नहीं हैगी आम आदमी पार्टी विरोधी धरचा सो फेल कांग्रेस हुई है आम आदमी पार्टी कामयाब आ आम आदमी पार्टी लगातार लोगों के मुद्दे उठा रही है और लगातार एजिटेशन के कितने कितने मूड च होंगी करते रहे लोगों के कांग्रेस जेकर फेल है तो फिर नगर निगम दी चोणां भी जिते बाय इलैक्शन भी वो जित गए जिला परिषद दी चोणां भी उही जिते तुहाडियां जमानतां उदों भी जब्त हुई देखो देखो सोडी जी जिहड़ियां भी इलैक्शन ने बाय इलैक्शन जां दूसरियां इलैक्शन नेगियां हमेशा ही जिहड़ी राजकर्ता धिर हुंदी है जिद्दी है धक्के नाल जिद्दी है वोट परसेंटेज कितनी फुल हुई है वोट परसेंट देखो ना 40% दे विच इस तरह क्यों नहीं तुहाडी आम आदमी पार्टी बाय उत्थे उत्थे देखो असीं धक्का नहीं करदे आम आदमी पार्टी सिद्धांत नहीं धक्का करना असीं कहना जिहड़ा मर्जी है डेमोक्रेटिक वे नाल जित के आवे असीं कोई धक्का नहीं किते कीता पंजाब विच कांग्रेस पार्टी ने बहुत वड्डा धक्का किया गोलियां चलियां शरेआम इन्हां दे जिला प्रधान तक तां बूथां ते कब्जे करदे फिरदे सीगे हुण तुसीं हाल ही जिहड़े MP उम्मीदवारां दी लिस्ट जारी कीती है और आने वाले समय के अंदर जिहड़े बाकी उम्मीदवार बचते ने उहनां दी सूची कदों जारी कर रहे हो और नाल एक होर सवाल है किस बिहाव ते ये एनालिसिस होया सी पंजाब दे काडर ने सूची भेजी सी जां ये भी बंद लिफाफे चिट्ठी उपर आई सी देखो साडी कोर कमेटी बनी है 22 मैंबरी कोर कमेटी आ सारे असी ना जिहड़े जिला प्रधान ने ब्लॉक प्रधान नूं पुछदे आ भी कि कैंडीडेट ने फिर असी उस कोर कमेटी डिस्कस करदे आ डिस्कस करन तो बाद असी फाइनल करके वो ना जिहड़े हैगे ने PAC नूं भेज देने आ क्योंकि टिकट दिल्लीओ मिलनी आ टिकट जिहड़ी अरविंद केजरीवाल दे मोहरां थल्ले आउणी आ सो उत्थों PAC सानूं प्रवान करके भेज दिंदी आ तालमेल कमेटी बनी सी कि सारिआं दा जिहड़ा उह राजीनामा करवाउणा है तालमेल कमेटी टालमटोल कमेटी क्यों बन गई निबड़िया क्यों नहीं उहदे च कुछ देखो साडे वल्लों साडी वड्डी भैण सरबजीत कौर माणुके गए सीगे जी तो उहदे नाल मान साहब भी खुद गए सीगे और बड़े अच्छे माहौल च मीटिंग हुई सी कमर संधू जी ने बाहर आके कहा सी बहुत अच्छे माहौल च मीटिंग हुई है पर खैरा साहब नूं लगता कि यूनिटी मंजूर नहीं सी उन्होंने दूसरे दिन सवेरे लाइव होकर ट्वीट करके लगातार लोगों नूं इह कहता भी नहीं नहीं इदां नहीं होना चाहिए और लगातार खैरा साहब ने उहदी यूनिटी तोड़ती सी दूसरे दिन हुण तां खैर चलो थोड़ा काटो कलेश लगभग निबड़ ही गया उदों तां चलो पार्टी की नैतिकता या सिद्धांतां दे करके तुसीं अंदर दी गल रिवील नहीं कर सकते सी पर थोड़ा रिवील करोंगे चीमा साहब के जिहड़ी तालमेल कमेटी दी बैठक होई सी जिस खैरा साहब नहीं आए सी मान साहब सी बाकी सारे सी उहदे डिस्कस की होया सी उन्होंने किस तरह दी कंडीशनस लगाईआं सी कि जिहड़ियां पार्टी स्वीकार नहीं कर पाई देखो खैरा साहब दे जिहड़े ग्रुप दे मैंबर सी जिहड़े आए सी उन्होंने कुछ ना कुछ गल्लां इस तरह दे रखीआं वी सानूं आह आह चीज़ां दे दो ते फिर अपना समझौता हो जूगा की यह सच है कि उन्होंने कहा कि तुसीं ढांचा भी भंग करो प्रधान भी साडी मर्जी का होगा वह तो या जिहड़े थोड़ी साहब वो तो शरेआम कहिंदे सी वह तो कहिंदे सारा कुछ भंग कर दो पहलां सारा कुछ भंग करके उस तो नवें सिरे तो करो लागू करो जबकि चोणां पंजाब दीआं हिंदुस्तान दीआं चोणां पार्लीमेंट दीआं चोणां सिरते ने गीआं चोणां सिरते ने पार्टी का प्रधान तुसीं अज तक नहीं लाया पार्टी का प्रधान हैगे ने एक्टिव प्रधान ने कौन ने प्रधान मान साहब प्रधान ने मान साहब तो कहिंदे कि जिन्नी देर तक देखो जब तक उन्हें अस्तीफा मंजूर नहीं होया प्रधान रहे हुण फिर सुभाविक मन्निया जावे कि अगला नंबर भी मान साहब दा होगा या फिर तुसीं तब्दीली भी कर सकते हो देखो ये तो कोर कमेटी ने फैसला लेना कोर कमेटी मीटिंग करके फैसला लो किहनूं प्रधान लाउणा जां नहीं लाउणा 2019 नूं लैके तुहाडी तैयारी की हैगी है देखो 2019 नूं लैके 5 कैंडीडेट असीं डिक्लेयर कर चुके हैं और लगातार कंपेन च कुद्दे होए हैं लगातार साडे जिहड़े कैंडीडेट ने अपने दफ्तरां दे उद्घाटन कर रहे हैं वोटरां नूं मिल रहे हैं लोगों दी समस्यावां सुन रहे हैं और लोगों नूं दस रहे हैं भी किस तरह कांग्रेस पार्टी वड्डे वड्डे वादे करके झूठ बोल के सत्ता चाही सी एक भी वादा पूरा नहीं कीता ਤੁਹਾਡੇ ਮੁੱਦੇ ਕਾਂਗਰਸ ਦੀ ਨਿੰਦਿਆ ਹੋਊਗੀ ਜਾਂ ਫਿਰ ਕੁਝ ਆਪਦੀਆਂ ਪ੍ਰਾਪਤੀਆਂ ਤੁਸੀਂ ਕੀ ਗਿਣਾਓਗੇ ਕਿਉਂਕਿ ਅਕਾਲੀ ਦਲ ਵੀ ਕਹਿੰਦਾ ਅਸੀਂ ਸੜਕਾਂ ਬਣਾਈਆਂ ਜੀ ਅਸੀਂ ਆਹ ਆਹ ਕੰਮ ਕੀਤੇ 10 ਸਾਲ ਦੇ ਅੰਦਰ ਰਹੇ ਹਾਂ ਕਾਂਗਰਸ ਕਹਿੰਦੀ ਹੈ ਸਾਡੇ ਕੋਲ 2 ਸਾਲ ਦਾ ਰੈਕਰਡ ਹੈਗਾ ਅਸੀਂ ਆਹ ਕੰਮ ਕੀਤੇ ਆ ਆਮ ਆਦਮੀ ਪਾਰਟੀ ਲੋਕਾਂ ਨੂੰ ਕੀ ਦੱਸੂਗੀ ਆਮ ਆਦਮੀ ਪਾਰਟੀ ਰਾਜਨੀਤੀ ਕਰਨੀ ਆਈ ਸੀ ਰਾਜਨੀਤੀ ਬਦਲਣ ਆਈ ਸੀਗੀ ਦਿੱਲੀ ਦੇ ਵਿੱਚ ਸਭ ਕੁਝ ਬਦਲਤਾ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਬਣ ਗਏ ਦਿੱਲੀ ਦੇ ਵਿੱਚ ਹਸਪੀਟਲ ਬਣ ਗਏ ਲੋਕਾਂ ਨੂੰ ਮੁਫਤ ਜਿਹੜੀ ਹੈਗੀ ਆ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ ਮੁਫਤ ਐਜੂਕੇਸ਼ਨ ਮਿਲ ਰਹੀ ਆ ਲੋਕਾਂ ਨੂੰ ਜਿਹੜਾ ਹੈਗਾ ਪਾਣੀ ਵਾਲਾ ਪਾਣੀ ਪੀਣ ਵਾਲਾ ਪਾਣੀ ਸੌਰੀ ਮੁਫਤ ਮਿਲ ਰਿਹਾ ਹੈਗਾ ਲੋਕਾਂ ਦੇ ਇਲੈਕਟ੍ਰਿਸਿਟੀ ਦੇ ਰੇਟ ਨੇ ਦੇਖੋ ਇੱਕ ਸਟੇਟ ਆ ਜਿਹੜਾ ਬਾਹਰੋਂ ਬਿਜਲੀ ਖਰੀਦਦਾ ਗਾ ਦਿੱਲੀ ਸਟੇਟ ਬਾਹਰੋਂ ਬਿਜਲੀ ਖਰੀਦ ਕੇ ਪਰ ਇਹ ਚੀਜ਼ਾਂ ਤਾਂ ਤੁਸੀਂ ਵਿਧਾਨ ਸਭਾ ਵੇਲੇ ਵੀ ਕਹੀਆਂ ਸੀ ਆਪਦੇ ਕੰਜ਼ਿਊਮਰ ਸੌਰੀ
अपने कंज्यूमर नूं 2 रुपए 25 पैसे दे रहा, जबकि पंजाब राज जिहड़ा बिजली पैदा करता गा यह 12 रुपए तक दे जांदा गा। असीं सारियां गल्लां लोकां नूं दसांगे कि तां खत्म हो जाए, करप्शन खत्म होंदी है तां जाके पंजाब दे बिजली दे रेट थले होणगे, सेहत सहूलतां मिलणगियां, एजुकेशन अच्छी होगी। ये गल्लां चीमा साहब तुसीं विधानसभा चोणां दे वेले भी लोगों नूं कहियां सी, उस वेले भी तुहानूं उस लैवल दा बहुमत नहीं मिल पाया, तुहानूं लगदा कि हुण इस गल दा असर होऊगा? देखो उस समय कैप्टन साहब बड़े बड़े गप मार गए, बहुत वड्डी वेव, बड़े बड़े गप मार गए, जिस लैवल दी वेव 2017 च सी चीमा साहब, प्लीज इक बार इस वेले नहीं, मेरी गल सुनो एक मिनट, बड़े बड़े गप मारे कैप्टन साहब ने, हर घर का कर्जा माफ कर दूँ, करजे ते लीक मार दूँ, चार गुटका साहब की सहुं चक्के कहिंदा 4 हफ्ते च नशा पंजाब चों खत्म कर दूँ, हर घर दे हर नौजवान नूं नौकरी दे दूँ, किधर गए वादे हो? ये गल्लां सारियां लोग हुण याद करनगे। पर तुसीं वी उदों आए सी बिक्रम मजीठिया ड्रग तस्कर, मुड़ के तुसीं माफ़ी मांगी, लोग कहिंदे आ पहलां एडियां वड्डियां गल्लां करके मुड़ के आम आदमी पार्टी स्लिप मार दी है। नहीं नहीं, कोई स्लिप नहीं मारन, जो बहुत वड्डी गल आ उह, क्योंकि देखो अरविंद केजरीवाल जी नूं लजाया गया पूरे देश दे विच, जिन्ने वड्डे नेता सी जिहड़े, सब ने उन्हां दे खिलाफ़ डैफामेशन दे केस कीते, कैप्टन दे खिलाफ़ क्यों नहीं कीता? केजरी अपना बिक्रम अरविंद केजरीवाल जी माफ़ी मंगी आ, सिर्फ वो टैक्टिकल मूव हैगा, साडा एजेंडा अज भी बरकरार आ, असीं अज भी कहने भी बिक्रम मजीठिया तस्कर आ वो नशे बेचता सीगा। कैप्टन अमरिंदर सिंह दी कारगुजारी नूं किवें वेखदे हो, तुहानूं लगता है कि उन्हां दे काम दा जां उन्हां दे जिहड़ी डिवेलपमेंट दी गल करदे आ, असीं 2 साल दे अंदर फलां फलां चीज़ां कीतियां ने, इन्हां दा प्रभाव जिहड़ा हैगा उन्नी ते पवेगा? देखो कैप्टन साहब टोटल फेल मुख्यमंत्री ने गे, लगातार पहाड़ों से रहते हैं, पंजाब तो आँदी कदे कदे ने, वो पंजाब तो कदे कदे देख आते नहीं, पंजाब हैगा तो कोई कम ही नहीं कर रहा, दसो कि कम होया, एक भी कम दस दो कि स्कूल कोई सुधर गया, कोई एजुकेशन का हल्त किया? ये पोजिशन है पंजाब में टीचर की, लगातार सारे पंजाब टीचर धरने पर बैठे ने गे, और जो हस्पताल बंद होने के किनारे ने गे, 2 मेन चीज़ा ने मनुख को देने वाली, तो उन्हें खत्म हो रही पंजाब में। सियासत के अंदर चीमा साहब कुछ चीज़ा थानू कंस्ट्रक्टिव भी नज़र आ, कि थोनों यही लगता कि नहीं ये सरकार फेल है, क्योंकि आम तौर पर यही होंगे सियासी जमातं हमेशा एक दूजे निंदियां ने, नैगेटिव पॉलिटिक्स हिंदुस्तान बड़ी हावी है, तुहानू बतौर लीडर ऑफ ऑपोजिशन कोई कंस्ट्रक्टिव नज़र आता सरकार के अंदर? देखो सरकार के अंदर कोई भी मैंने अज तक कंस्ट्रक्टिव नज़र नहीं आया, जेकर आता मैं जरूर उन्होंने हमायत करता, मैं कहना खुल के कहना, कोई मंत्री थोड़ा चजदा लगता कि फलाना मंत्री मेरा फेवरेट आया, वो काम करन दा स्टाइल ठीक है, या थोड़ा कोई मंत्री ईमानदार लगता हो? देखो कितना ना कि लगता नवजोत सिंह सिद्धू जो है वो काम कर रहे हैं, थोड़ा आस लगती है उन्होंने, तो उन्होंने तो लगता भी कुछ ना कुछ अपने महकमे सुधारन गए। जे 10 नंबर का थोड़े सामने मैं प्रपोजल रखा, 10 चों कैप्टन सरकार को किन्ने नंबर दिने? कैप्टन सरकार सिर्फ 0 नंबर है जी, ਤੁਹਾਡੇ ਮੁਤਾਬਕ 0 ਨੰਬਰ ਆ, ਔਰ ਸਿੱਧੂ ਸਾਹਿਬ ਨੂੰ? ਸਿੱਧੂ ਸਾਹਿਬ ਨੂੰ ਹੈਗੇ ਨੇ 5 ਨੰਬਰ ਦੇ, ਸਿੱਧੂ ਸਾਹਿਬ ਨੂੰ 10 ਚ 5 ਨੰਬਰ ਦਿੰਦੇ ਹੋ, ਕਹਿਣ ਦਾ ਮਤਲਬ ਤੁਸੀਂ ਜਸਟੀਫਾਈ ਕਰ ਦਿਓ ਕਿ ਇਸ ਲੈਵਲ 'ਤੇ ਉਹਨਾਂ ਨੇ ਕੰਮ ਕੀਤਾ? ਨਹੀਂ ਉਹ ਕਰ ਰਹੇ ਨੇ ਕੰਮ, ਹੋਰ ਮਿਨਿਸਟਰ ਕੋਈ ਕੰਮ ਹੀ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਦੇ ਨਾਲ ਕੋਈ ਨਵੀਂ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ, ਕੋਈ ਤੁਹਾਡਾ ਰਾਬਤਾ ਚੱਲ ਰਿਹਾ? ਕਾਫੀ ਸਾਰੇ ਜਿਹੜੇ ਹੈਗੇ ਨੇ ਵਿਅਕਤੀ ਸਾਡੇ ਨਾਲ ਜੁੜਨ ਨੂੰ ਤਿਆਰ ਨੇ, ਬੜੇ ਜਲਦੀ ਰਿਜ਼ਲਟ ਦੇਖੋਗੇ, ਪਰ ਲੇਕਿਨ ਗਰਾਊਂਡ ਲੈਵਲ ਦੇ ਵਲੰਟੀਅਰ ਬਹੁਤ ਤੇਜ਼ੀ ਨਾਲ ਜੁੜ ਰਹੇ ਨੇ। ਦੂਸਰੀਆਂ ਸਿਆਸੀ ਜਮਾਤਾਂ ਦੇ ਲੋਕ ਹੋਣਗੇ ਜਾਂ ਫਿਰ ਨਵੇਂ ਚਿਹਰੇ ਲੈ ਕੇ ਆਉਂਗੇ? ਨਵੇਂ ਚਿਹਰੇ ਵੀ ਨੇ, ਕੁਛ ਦੂਸਰੇ ਜਮਾਤਾਂ 'ਚ ਵੀ ਆ ਰਹੇ ਨੇ। ਪ੍ਰਵਾਸੀ ਪੰਜਾਬੀ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਵੱਡੀ ਆਸ ਸੀ, ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਹੁੰਗਾਰਾ ਸੀ, ਹੁਣ ਪਿਛਲੇ ਸਮੇਂ ਤੋਂ ਪ੍ਰਵਾਸੀ ਪੰਜਾਬੀ ਥੋੜ੍ਹੇ ਜਿਹੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਉਦਾਸ ਨਜ਼ਰ ਆ ਰਹੇ ਨੇ, ਉਹਨਾਂ ਦਾ ਖੁੱਸਿਆ ਹੋਇਆ ਜਿਹੜਾ ਭਰੋਸਾ ਉਹ ਵਾਪਸ ਬਹਾਲ ਕਿਵੇਂ ਕਰੋਗੇ? ਦੇਖੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਏ, ਜਿਹੜੇ NRI ਪ੍ਰਾਸ਼ਦ ਜੁੜੇ ਤੇ ਕਿਉਂ ਜੁੜੇ ਸੀਗੇ, ਉਹ ਇਸ ਗੱਲ ਕਰਕੇ ਜੁੜੇ ਸੀ ਵੀ ਜਿਹੜਾ ਫੋਰਨ ਦਾ ਸਿਸਟਮ ਆ, ਜਿਹੜਾ ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਦਾ ਸਿਸਟਮ ਆ, ਕੈਨੇਡਾ ਦਾ, ਉਹ ਕੀ ਆ, ਐਜੂਕੇਸ਼ਨ ਫ੍ਰੀ ਆ ਔਰ ਅੱਛੀ ਆ, ਕੁਆਲਿਟੀ ਦੀ ਐਜੂਕੇਸ਼ਨ ਆ। ਪਰ ਹੁਣ ਟੁੱਟੇ ਕਿਉਂ ਆ ਫਿਰ ਉਹ ਲੋਕ? ਤੁਸੀਂ ਮੰਥਨ ਕੀਤਾ ਕਿਉਂ? ਪਲੀਜ਼ ਇੱਕ ਮਿੰਟ ਲਿਸਨ, ਐਜੂਕੇਸ਼ਨ ਅੱਛੀ ਆ, ਸਿਹਤ ਸਹੂਲਤਾਂ ਅੱਛੀਆਂ ਨੇ, 2 ਗੱਲਾਂ ਨੂੰ ਲੈ ਕੇ ਜੁੜੇ ਸੀਗੇ, ਉਹ ਅਸੀਂ ਦਿੱਲੀ 'ਚ ਕਰ ਰਹੇ ਹਾਂ। ਸੋ NRI ਪ੍ਰਾਸ਼ਦ ਟੁੱਟੇ ਨਹੀਂ ਹੈਗੇ, ਬੇਸ਼ੱਕ ਮਾੜੀ ਮੋਟੀ ਨਿਰਾਸ਼ਤਾ ਆ ਗਈ ਆ, ਉਹ ਜਲਦੀ ਠੀਕ ਹੋ ਜਾਣੀ ਆ। ਡਾਕਟਰ ਗਾਂਧੀ ਹੋਰਾਂ, ਅਰਵਿੰਦ ਕੇਜਰੀਵਾਲ ਜੀ ਨਾਲ ਮੈਂ ਪਿਛਲੇ ਸਮੇਂ ਦੌਰਾਨ ਇੰਟਰਵਿਊ ਕੀਤਾ ਸੀ, ਉਹਨਾਂ ਨੇ ਕਿਹਾ ਕਿ ਡਾਕਟਰ ਗਾਂਧੀ ਅਤੇ ਛੋਟੇ ਪੁਰ ਸਾਹਿਬ ਨੂੰ ਅਪੀਲ ਕਰੂੰਗਾ ਕਿ ਪਾਰਟੀ 'ਚ ਵਾਪਸ ਤੁਸੀਂ ਆ ਜਾਓ। ਤਾਂ ਕੀ ਤੁਹਾਡੇ ਪੰਜਾਬ ਦੇ ਕੈਡਰ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਮਨਾਉਣ ਦੇ ਲਈ? ਬਿਲਕੁਲ ਲੱਗੀ ਸੀ, ਮੈਂ ਖੁਦ ਗਿਆ ਹੈਗਾ, ਕਾਫੀ ਸਾਡੇ ਲੀਡਰ ਤੁਸੀਂ ਦੋਨਾਂ ਜਣਿਆਂ ਕੋਲ, ਡਾਕਟਰ ਗਾਂਧੀ ਜੀ ਕੋਲ ਗਿਆ ਸੀ, ਮੈਂ ਡਾਕਟਰ ਗਾਂਧੀ ਜੀ ਕੋਲ ਨਹੀਂ ਗਿਆ ਹੈਗਾ, ਸਰਦਾਰ ਸੁੱਚਾ ਸਿੰਘ ਛੋਟੇਪੁਰ ਕੋਲ ਮੈਂ ਗਿਆ ਸੀਗਾ। ਕੀ ਜਵਾਬ ਸੀ ਉਹਨਾਂ ਦਾ? ਹਜੇ ਗੱਲਬਾਤ ਚੱਲ ਰਹੀ ਹੈ, ਆਸ ਹੈ ਤੁਹਾਨੂੰ ਕਿ ਉਹਨਾਂ ਦੀ? ਸਾਨੂੰ ਪੂਰਨ ਆਸ ਹੈ ਵੀ ਸਾਰੇ ਲੀਡਰ ਸਾਡੇ ਵਾਪਸ ਆਉਣਗੇ ਔਰ ਅਸੀਂ ਇਕੱਠੇ ਇੱਕਜੁੱਟ ਹੋ ਕੇ ਇਲੈਕਸ਼ਨ ਲੜਾਂਗੇ ਜੀ। ਅਰਵਿੰਦ ਜੀ ਦੇ ਪੰਜਾਬ ਆਉਣ ਦਾ ਕੋਈ ਪ੍ਰੋਗਰਾਮ ਹੈ ਆਉਣ ਵਾਲੇ ਸਮੇਂ ਦੇ ਅੰਦਰ? ਕੋਈ ਵੱਡੀ ਰੈਲੀ ਤੁਸੀਂ ਲੀਕ ਰਹੇ ਹੋਵੋ ਜਾਂ 2019 ਨੂੰ ਲੈ ਕੇ ਕੋਈ ਉਹਨਾਂ ਦਾ ਪ੍ਰੋਗਰਾਮ ਲੀਕਿਆ ਗਿਆ ਹੋਵੇ ਕਿ ਪੰਜਾਬ 'ਚੋਂ ਕੈਂਪੇਨ ਕਰਨਗੇ? ਸਾਡੀ ਕੋਰ ਕਮੇਟੀ ਦੀ ਮੀਟਿੰਗ ਬੜੀ ਜਲਦੀ ਆ, ਉਹ 'ਚ ਡਿਸਾਈਡ ਕਰਨਾ ਗਾ ਵੀ ਇਸ ਮਹੀਨੇ ਜਾਂ ਅਗਲੇ ਮਹੀਨੇ ਕਿਸ ਅਸੀਂ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਪੰਜਾਬ 'ਚ। ਚੀਮਾ ਸਾਹਿਬ ਜਗਬਾਣੀ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।